ਹੁਣ ਪਹਿਲਾਂ ਕਰਾਂਗੇ ਅਨੰਦਪੁਰ ਸਾਹਿਬ ਦਾ ਮਤਾ। ਠੀਕ ਆ, ਅਨੰਦਪੁਰ ਸਾਹਿਬ ਦੇ ਮਤੇ ਵਿੱਚ 18 ਡਿਮਾਂਡ ਸੀ ਸਿੱਖਾਂ ਦੀਆਂ ਸੈਂਟਰਲ ਗੌਰਮੈਂਟ ਨੂੰ, ਇੰਡੀਆ ਦੀ ਗੌਰਮੈਂਟ ਨੂੰ। ਉਸ ਮਤੇ ਨੂੰ ਮੁੱਦਾ ਬਣਾ ਕੇ ਸਾਰਾ ਕੁਛ ਜੋ ਪੰਜਾਬ ਦੇ ਵਿੱਚ ਕੀਤਾ ਗਿਆ। ਉਹ ਡਿਮਾਂਡਸ ਇਹ ਨਹੀਂ ਕਿ ਉਹ ਹੁਣ ਤੋਂ ਚੱਲੀ ਆ ਰਹੀ ਸੀ, ਉਹ 47 ਤੋਂ ਬਾਅਦ ਤੋਂ ਹੀ ਸੀ, ਕਿਉਂਕਿ ਸਾਡੇ ਨਾਲ ਸਿੱਖਾਂ ਦੇ ਨਾਲ ਕੁਛ ਵਾਅਦੇ ਕੀਤੇ ਗਏ ਸੀ ਕਿ ਅਸੀਂ ਸਿੱਖਾਂ ਨੂੰ ਆਪਣਾ ਇੱਕ ਵੱਖਰੀ ਸਟੇਟ ਦੇਵਾਂਗੇ ਜਿੱਥੇ ਤੁਸੀਂ ਆਪਣੇ ਜਿੰਨੇ ਵੀ ਧਾਰਮਿਕ ਰੂਲਸ ਐਂਡ ਰੈਗੂਲੇਸ਼ਨਸ ਨੇ ਤੁਸੀਂ ਉਹਨਾਂ ਨੂੰ ਫੋਲੋ ਕਰ ਪਾਓਗੇ, ਕੋਈ ਰੋਕ ਟੋਕ ਨਹੀਂ ਕਰੂਗਾ, ਕੁਛ ਨਹੀਂ ਕਰੂਗਾ। ਇਹੋ ਜਿਹੇ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸੀ, ਤੁਹਾਨੂੰ ਆਪਣੀ ਇੱਕ ਸਟੇਟ ਮਿਲੇਗੀ, ਤੁਹਾਡੇ ਪਾਣੀਆਂ ਦੇ ਉੱਪਰ ਤੁਹਾਡਾ ਪੂਰਾ ਹੱਕ ਹੋਏਗਾ, ਤੁਸੀਂ ਕਿਹੜੀ ਫਸਲ ਉਗਾ ਰਹੇ ਹੋ ਸਾਰਾ ਕੁਛ ਤੁਸੀਂ ਡਿਸਾਈਡ ਕਰ ਪਾਓਗੇ। ਇਹ ਸਾਰੇ ਵਾਅਦੇ ਨਹਿਰੂ ਗਾਂਧੀ ਉਹਨਾਂ ਨੇ ਕੀਤੇ ਸੀ, ਬਾਅਦ 'ਚੋਂ ਮੁੱਕਰ ਗਏ ਸਾਰੇ। ਅਤੇ 47 ਤੋਂ ਬਾਅਦ ਤੋਂ ਹੀ ਇਹ ਮੰਗਾਂ ਸਿੱਖਾਂ ਦੇ ਵਿੱਚ ਉੱਠਦੀਆਂ ਜਾ ਰਹੀਆਂ ਸੀ। ਅਤੇ ਫਿਰ ਜਦੋਂ ਬਾਬਾ ਜਰਨੈਲ ਸਿੰਘ ਜੀ ਆਏ ਨੇ, ਉਹਨਾਂ ਨੇ ਧਰਮ ਯੁੱਧ ਮੋਰਚਾ ਲਾਇਆ, ਅਤੇ ਅਕਾਲੀ ਦਲ ਜੋ ਪਾਰਟੀ ਆ ਉਹ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਚੱਲਦੀ ਸੀ, ਉਹਨਾਂ ਨੇ ਧਰਮ ਯੁੱਧ ਮੋਰਚੇ ਦੇ ਵਿੱਚ ਸੰਤਾਂ ਦੇ ਨਾਲ ਇਹ ਮੋਰਚਾ ਮਰਜ ਕਰ ਲਿਆ, ਜੋੜ ਲਿਆ ਕਿ ਹੁਣ ਇਕੱਠੇ ਹੋ ਕੇ ਚੱਲਦੇ ਹਾਂ। ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ 18 ਮਤੇ ਨੇ, ਮਤਲਬ 18 ਡਿਮਾਂਡਸ ਨੇ ਜੋ ਸਿੱਖਾਂ ਨੇ ਪਾਸ ਕਰੀਆਂ ਸੀ ਆਪਸ ਦੇ ਵਿੱਚ ਸਲਾਹ ਕਰਕੇ ਕਿ ਸਾਡੀ ਇਹ ਰਿਕੁਆਇਰਮੈਂਟਸ ਨੇ, ਸਾਨੂੰ ਇਹ ਜ਼ਰੂਰਤਾਂ ਨੇ ਸਾਡੀਆਂ ਸਿੱਖਾਂ ਦੀਆਂ ਅਤੇ ਪੰਜਾਬ ਦੀਆਂ ਜੋ ਸਾਨੂੰ ਪੂਰੀਆਂ ਹੋਣੀਆਂ ਚਾਹੀਦੀਆਂ। ਉਹਨਾਂ ਵਿੱਚੋਂ ਪਹਿਲੀ ਇਹ ਆ ਕਿ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਨੇ 94% ਸ਼ਹੀਦੀਆਂ ਦਿੱਤੀਆਂ, 94%। ਸੋ ਇਹ ਗੱਲ ਮੁੱਖ ਰੱਖ ਕੇ ਯੂਰਪੀ ਦੇਸ਼ਾਂ ਅਮਰੀਕਾ ਕਨੇਡਾ ਵਾਂਗ ਪੰਜਾਬ ਸਟੇਟ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਜਦੋਂ ਇੰਡੀਆ ਨੂੰ ਆਜ਼ਾਦ ਕਰਾਉਣਾ ਸੀ, 94% ਸ਼ਹੀਦੀਆਂ ਸਿੱਖਾਂ ਦੀਆਂ ਹੋਈਆਂ ਨੇ। ਤੁਸੀਂ ਦੇਖੋ ਓਵਰਆਲ ਇੰਡੀਆ ਦੀ ਪਾਪੂਲੇਸ਼ਨ ਉਸ ਟਾਈਮ 'ਤੇ ਕਿੰਨੀ ਹੋਊਗੀ, 70-80 ਕਰੋੜ ਮੰਨ ਲਓ, 2% ਉਹਦੇ ਕਿੰਨੇ ਹੋਏ, ਮਤਲਬ 2 ਕਰੋੜ ਤੋਂ ਵੀ ਘੱਟ ਸਿੱਖ ਸੀ, ਬਾਕੀ ਸਭ ਜੋ ਧਰਮ ਦੇ ਲੋਕ ਸੀ ਉਹ ਸਾਰੇ 98%। ਠੀਕ ਆ, ਫਿਰ ਵੀ ਉਹ 2 ਕਰੋੜ ਤੋਂ ਵੀ ਘੱਟ ਲੋਕਾਂ ਨੇ 94% ਕੁਰਬਾਨੀਆਂ ਕੀਤੀਆਂ ਨੇ, ਸ਼ਹੀਦੀਆਂ ਦਿੱਤੀਆਂ ਨੇ ਦੇਸ਼ ਦੀ ਆਜ਼ਾਦੀ ਲਈ। ਅਤੇ ਸਾਡੀ ਇੰਨੀ ਕੌਮ ਜੂਝ ਕੇ ਮਰੀ ਆ ਇਸ ਦੇਸ਼ ਨੂੰ ਸ਼ਹੀਦ ਕਰਾਉਣ, ਆਜ਼ਾਦ ਕਰਾਉਣ ਵਾਸਤੇ ਸਾਰੇ ਸ਼ਹੀਦ ਹੋਏ ਨੇ ਸਿੱਖ, ਅਤੇ ਇਹਨਾਂ ਵਿੱਚੋਂ ਸਿਰਫ 6-7% ਬਾਹਰ ਨਿਕਲੇ ਨੇ ਜਿਨ੍ਹਾਂ ਦੀ ਗਿਣਤੀ ਇੰਨੀ ਜ਼ਿਆਦਾ। ਹੁਣ ਤੁਸੀਂ ਦੇਖੋ ਵੀ ਦਲੇਰ ਜ਼ਿਆਦੇ ਕੌਣ, ਉਸ ਟਾਈਮ 'ਤੇ ਸਿੱਖ ਕਹਿੰਦੇ ਸੀ ਵੀ 94% ਸ਼ਹੀਦੀਆਂ ਸਾਡੀਆਂ ਹੋਈਆਂ, ਤਾਂ ਸਾਡਾ ਇਹ ਹੱਕ ਬਣਦਾ ਕਿ ਸਾਡੀ ਜੋ ਸਟੇਟ ਹੈ ਪੰਜਾਬ ਉਹਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ। ਮਤਲਬ ਖੁਦ ਮੁਖਤਿਆਰੀ ਦਾ ਮਤਲਬ ਹੁੰਦਾ ਕਿ ਅਸੀਂ ਆਪਣੇ ਫੈਸਲੇ ਆਪ ਲੈ ਸਕੀਏ, ਕਿ ਕੋਈ ਹੋਰ ਸਟੇਟ ਜਾਂ ਸੈਂਟਰਲ ਗੌਰਮੈਂਟ ਇਹ ਗੱਲ ਡਿਸਾਈਡ ਨਹੀਂ ਕਰੂਗੀ ਕਿ ਪੰਜਾਬ ਦੇ ਵਿੱਚ ਜੋ ਕਿਸਾਨ ਫਸਲ ਉਗਾ ਰਿਹਾ ਉਹਦਾ ਰੇਟ ਕਿੰਨਾ। ਹੁਣ ਫਸਲ ਉਗਾਉਂਦਾ ਕਿਸਾਨ ਉੱਥੇ ਪੰਜਾਬ 'ਚ, ਸਾਰਾ ਖਰਚਾ ਉਹਦਾ ਕਿਸਾਨ ਦਾ, ਪਰ ਰੇਟ ਸੈਂਟਰਲ ਗੌਰਮੈਂਟ ਡਿਸਾਈਡ ਕਰਦੀ ਹੈ, ਦਿੱਲੀ ਗੌਰਮੈਂਟ। ਇਹਨਾਂ ਨੇ ਨਹੀਂ ਦੇਖਣਾ ਕਿ ਤੁਹਾਡਾ ਖਰਚਾ ਜ਼ਿਆਦਾ ਹੋਇਆ ਜਾਂ ਘੱਟ ਹੋਇਆ। ਮੰਨ ਲਓ ਕਿਸੇ ਦਾ 90 ਰੁਪਏ ਖਰਚਾ ਹੋਇਆ ਔਰ ਇਹਨਾਂ ਨੇ ਰੇਟ ਡਿਸਾਈਡ ਕਰਤਾ ਜੀ ਤੁਹਾਡਾ ਕਿ ਇਸ ਫਸਲ ਦਾ ਰੇਟ ਹੈ ਮਾਰਕੀਟ ਦੇ ਵਿੱਚ 80 ਰੁਪਏ। ਹੁਣ ਉਸ ਬੰਦੇ ਦਾ ਖਰਚਾ ਤਾਂ 90 ਰੁਪਏ ਹੋ ਗਿਆ, ਉਹਨੂੰ ਕੁਛ ਬਚੂਗਾ? ਉਹਨੇ ਜੋ ਇੰਨਾ ਟਾਈਮ 6 ਮਹੀਨੇ ਸਾਲ ਮਿਹਨਤ ਕੀਤੀ ਫਸਲ ਉਗਾਉਣ 'ਤੇ ਉਹ ਵੀ 0 ਹੋ ਗਈ, ਬਲਕਿ ਉਹਨੂੰ ਨੁਕਸਾਨ ਹੋਰ ਹੋ ਗਿਆ। ਠੀਕ ਆ, ਦੂਸਰੀ ਮੰਗ ਸੀ ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਹਿਲਾਂ ਪਾਣੀਆਂ 'ਤੇ ਕਬਜ਼ੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ। ਪੰਜਾਬ ਵਿੱਚੋਂ ਜੋ ਨਦੀਆਂ ਨਿਕਲ ਰਹੀਆਂ ਨੇ, ਇਹ ਇੰਟਰਨੈਸ਼ਨਲ ਇੱਕ ਕਾਨੂੰਨ ਆ ਕਿ ਸਾਰੀ ਦੁਨੀਆ ਦੇ ਵਿੱਚ ਇਹ ਕਾਨੂੰਨ ਚੱਲਦਾ ਕਿ ਜੇ ਤੁਹਾਡੀ ਸਟੇਟ ਦੇ ਵਿੱਚੋਂ ਕੋਈ ਪਾਣੀ ਦਾ ਸੋਰਸ ਨਿਕਲ ਰਿਹਾ ਉਹਦੇ 'ਤੇ ਪਹਿਲਾਂ ਹੱਕ ਤੁਹਾਡਾ ਆਪਣਾ ਹੋਊਗਾ,
ਤੁਸੀਂ ਆਪਣੇ ਜੋਗਾ ਪਾਣੀ ਯੂਜ਼ ਕਰ ਲਿਆ, ਉਸ ਤੋਂ ਬਾਅਦ ਬਚਿਆ ਹੋਇਆ ਪਾਣੀ ਤੁਸੀਂ ਦੂਜੀ ਸਟੇਟਸ ਨੂੰ ਵੇਚ ਸਕਦੇ ਹੋ। ਇਹ ਇੰਟਰਨੈਸ਼ਨਲ ਕਾਨੂੰਨ ਹੈ, ਠੀਕ ਹੈ। 47 ਤੋਂ ਬਾਅਦ ਤੋਂ ਹੀ ਪੰਜਾਬ ਦੇ ਨਾਲ ਕੀ ਹੋ ਰਿਹਾ, ਪੰਜਾਬ ਦੇ ਵਿੱਚੋਂ ਜਿੰਨਾ ਪਾਣੀ ਆ ਉਹ ਸਾਰਾ ਫ੍ਰੀ ਭੇਜਿਆ ਜਾ ਰਿਹਾ ਪੰਜਾਬ ਤੋਂ ਬਾਹਰ। ਉਹ ਹਰਿਆਣਾ, ਦਿੱਲੀ, ਰਾਜਸਥਾਨ ਇਹੋ ਜਿਹੀ ਸਟੇਟਸ ਨੂੰ ਪੰਜਾਬ ਦਾ ਪਾਣੀ ਫ੍ਰੀ ਦਿੱਤਾ ਜਾ ਰਿਹਾ। ਪੰਜਾਬ ਦੀਆਂ ਨਹਿਰਾਂ ਦਾ ਪਾਣੀ ਜੋ ਪਹਿਲਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਾਣਾ ਚਾਹੀਦਾ ਸੀ ਉਹ ਨਹੀਂ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਮਜਬੂਰਨ ਧਰਤੀ ਦੇ ਥੱਲੇ ਵਾਲਾ ਪਾਣੀ ਯੂਜ਼ ਕਰਨਾ ਪੈਂਦਾ। ਮੋਟਰ ਦੇਖੀ ਹੈ ਨਾ ਖੇਤਾਂ 'ਚ ਲੱਗੀ ਹੋਈ, ਟਿਊਬਵੈੱਲ, ਉਹਦੇ ਨਾਲ ਧਰਤੀ ਦੇ ਥੱਲੇ ਵਾਲਾ ਪਾਣੀ ਕੱਢ ਰਹੇ ਨੇ। ਹੁਣ ਧਰਤੀ ਦੇ ਥੱਲੇ ਵਾਲਾ ਪਾਣੀ ਖਤਮ ਹੁੰਦਾ ਜਾ ਰਿਹਾ, ਉਹ ਹੌਲੀ ਹੌਲੀ ਉਹਦਾ ਲੈਵਲ ਥੱਲੇ ਹੋ ਰਿਹਾ। ਉਹ ਖਤਮ ਹੋ ਗਿਆ ਤਾਂ ਮਤਲਬ ਜ਼ਮੀਨਾਂ ਬੰਜਰ ਹੋ ਜਾਣੀਆਂ ਨੇ ਸਾਰੀਆਂ, ਬਿਲਕੁਲ ਬੰਜਰ, ਕੋਈ ਉੱਥੇ ਪੇੜ ਪੌਦੇ ਨਹੀਂ ਉੱਗਣੇ, ਕੋਈ ਫਸਲ ਨਹੀਂ ਉੱਗਣੀ, ਸਭ ਖਤਮ ਹੋ ਜਾਣਾ। ਮਤਲਬ ਮੰਨ ਕੇ ਚਲੋ ਆਲਮੋਸਟ ਪੰਜਾਬ ਇੱਕ ਰੇਗਿਸਤਾਨ ਬਣ ਕੇ ਰਹਿ ਜੂਗਾ। ਰੀਜ਼ਨ ਕੀ ਆ ਕਿ ਸਾਡੀ ਨਹਿਰਾਂ ਦਾ ਪਾਣੀ, ਸਾਡੀ ਨਦੀਆਂ ਦਾ ਪਾਣੀ ਸਾਨੂੰ ਨਹੀਂ ਦਿੱਤਾ ਜਾ ਰਿਹਾ। ਦੂਸਰੀਆਂ ਨਦੀਆਂ ਬਣਾ ਕੇ ਉਹ ਪਾਣੀ ਦੀ ਡਾਇਰੈਕਸ਼ਨਸ ਚੇਂਜ ਕੀਤੀਆਂ ਗਈਆਂ ਹਰਿਆਣਾ, ਦਿੱਲੀ ਔਰ ਰਾਜਸਥਾਨ ਦੇ ਲਈ ਕਿ ਸਾਰਾ ਪਾਣੀ ਉਹਨਾਂ ਨੂੰ ਫ੍ਰੀ ਜਾ ਰਿਹਾ। ਜੇ ਪੰਜਾਬ ਦਾ ਪਾਣੀ ਉਹਨਾਂ ਨੂੰ ਦੇਣਾ ਹੀ ਆ, ਪਹਿਲਾ ਹੱਕ ਪੰਜਾਬ ਦੇ ਲੋਕਾਂ ਦਾ ਬਣਦਾ ਕਿ ਉਹ ਆਪਣੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਦੇਣ। ਉਹਨਾਂ ਤੋਂ ਬਾਅਦ ਜੋ ਪਾਣੀ ਬਚਦਾ ਉਹ ਬਚਿਆ ਹੋਇਆ ਪਾਣੀ ਅਸੀਂ ਦੂਜੀ ਸਟੇਟਸ ਨੂੰ ਵੇਚੀਏ। ਅਸੀਂ ਫ੍ਰੀ ਕਿਉਂ ਦਈਏ, ਸਾਡਾ ਪਾਣੀ ਆ ਨਾ। ਜੇ ਇਹ ਕਾਨੂੰਨ ਮੰਨਿਆ ਜਾਵੇ ਤਾਂ ਪੰਜਾਬ ਬਹੁਤ ਅਮੀਰ ਸਟੇਟ ਬਣ ਜੂਗੀ, ਪਰ ਨਹੀਂ, ਪੰਜਾਬ ਦਾ ਪਾਣੀ ਫ੍ਰੀ ਦੂਜੀ ਸਟੇਟਸ ਨੂੰ ਦਿੱਤਾ ਜਾ ਰਿਹਾ ਅਤੇ ਪੰਜਾਬ ਨੂੰ ਵਰਤਣ ਲਈ ਨਹੀਂ ਦਿੱਤਾ ਜਾ ਰਿਹਾ। ਇਹਦਾ ਮਤਲਬ ਕਿ ਜਾਣ ਬੁੱਝ ਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਬਰਬਾਦ ਹੋ ਜਾਵੇ, ਰੇਗਿਸਤਾਨ ਬਣ ਜਾਵੇ। ਦੂਜੀ ਮੰਗ ਇਹ ਸੀ ਕਿ ਸਾਡੇ ਪਾਣੀਆਂ ਦਾ ਹੱਕ ਸਾਨੂੰ ਮਿਲੇ। ਤੀਸਰੀ ਮੰਗ, ਹਿੰਦੂਆਂ ਦੇ 4 ਧਾਰਮਿਕ ਅਸਥਾਨਾਂ 'ਤੇ ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤ ਸਕਦੇ, ਉਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ। ਹਿੰਦੂਆਂ ਦੇ 4 ਧਾਰਮਿਕ ਅਸਥਾਨ ਨੇ, 4 ਸ਼ਹਿਰ ਨੇ, ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ, ਜਿਵੇਂ ਹਰਿਦੁਆਰ ਅਤੇ ਰਿਸ਼ੀਕੇਸ਼। ਇਹਨਾਂ ਨੂੰ ਕਹਿੰਦੇ ਨੇ ਪਵਿੱਤਰ ਸ਼ਹਿਰ। ਉਹ ਪੂਰੇ ਸ਼ਹਿਰ ਦੇ ਵਿੱਚ, ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ, ਨਾ ਕੋਈ ਤੰਬਾਕੂ ਵਰਤ ਸਕਦਾ, ਨਾ ਸ਼ਰਾਬ, ਨਾ ਮੀਟ ਖਾ ਸਕਦਾ ਉੱਥੇ ਕੋਈ। ਤੀਜੀ ਡਿਮਾਂਡ ਇਹ ਸੀ ਕਿ ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਇਹਦੇ 'ਚ ਕੁਛ ਗਲਤ ਸੀ? ਜੇ ਤੁਸੀਂ ਉਹਨਾਂ ਨੂੰ, ਦੂਜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਗਲਤ ਚੀਜ਼ਾਂ ਉੱਥੋਂ ਬੰਦ ਕਰਾ ਸਕਦੇ ਹੋ, ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਕਿਉਂ ਨਹੀਂ? ਉੱਥੇ ਸਿੱਖਾਂ ਦਾ ਸਭ ਤੋਂ ਵੱਡਾ ਧਾਰਮਿਕ ਅਸਥਾਨ ਹੈ ਸ਼੍ਰੀ ਦਰਬਾਰ ਸਾਹਿਬ। ਇਸ ਕਰਕੇ ਮੰਗ ਰੱਖੀ ਗਈ ਸੀ ਕਿ ਅਸੀਂ ਚਾਹੁੰਦੇ ਹਾਂ ਪੂਰਾ ਸ਼ਹਿਰ ਸਾਫ਼ ਸੁਥਰਾ ਰਹੇ, ਕਿ ਇਹੋ ਜਿਹੀ ਕੋਈ ਗਲਤ ਚੀਜ਼, ਗੰਦੀ ਚੀਜ਼ ਦਰਬਾਰ ਸਾਹਿਬ ਦੇ ਆਸ ਪਾਸ ਨਾ ਆਵੇ। ਇਹ ਡਿਮਾਂਡ ਵੀ ਨਹੀਂ ਮੰਨੀ ਗਈ, ਅਤੇ ਉਹਦਾ ਰਿਜ਼ਲਟ ਅੱਜ ਸਾਡੇ ਸਾਹਮਣੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਤੱਕ ਵੀ ਲੋਕ ਤੰਬਾਕੂ ਲੈ ਕੇ ਪਹੁੰਚ ਜਾਂਦੇ ਨੇ, ਕਈ ਵਾਰ ਵੀ ਫੜੇ ਗਏ ਆ ਉੱਥੇ। ਚੌਥਾ ਕਾਨੂੰਨ, ਦੇਸ਼ ਦੇ ਕਰੰਸੀ ਨੋਟਾਂ 'ਤੇ 1947 ਤੋਂ ਪਹਿਲਾਂ ਫਾਂਸੀਆਂ 'ਤੇ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ, ਜਦੋਂ ਕਿ ਹੁਣ ਸਿਰਫ ਮਹਾਤਮਾ ਗਾਂਧੀ ਦੀ ਲੱਗੀ ਹੈ। ਚੌਥਾ ਮਤਾ ਇਹ ਸੀ ਕਿ ਜਿੰਨੇ ਵੀ ਤੁਸੀਂ ਕਰੰਸੀ ਛਾਪ ਰਹੇ ਹੋ, ਦੇਸ਼ ਦੇ ਨੋਟ ਛਾਪ ਰਹੇ ਹੋ, ਜਿਹੜੇ ਲੋਕ, ਸਿਰਫ ਸਿੱਖ ਨਹੀਂ, ਜੇ ਤੁਹਾਡੇ ਹਿੰਦੂਆਂ 'ਚੋਂ ਵੀ, ਮੁਸਲਮਾਨਾਂ 'ਚੋਂ ਵੀ ਜੋ ਸ਼ਹੀਦ ਹੋਏ ਨੇ, ਚੰਦਰ ਸ਼ੇਖਰ ਆਜ਼ਾਦ ਵਰਗੇ ਸ਼ਹੀਦ ਹੋਇਆ, ਤੁਸੀਂ ਉਹਨਾਂ ਦੀਆਂ ਫੋਟੋਆਂ ਛਾਪੋ। ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰੱਭ, ਹਾਲਾਂਕਿ ਭਗਤ ਸਿੰਘ ਨੇ ਤਾਂ ਕੀਤਾ ਹੀ ਕੱਖ ਨਹੀਂ, ਭਾਈ ਰਣਧੀਰ ਸਿੰਘ ਜੀ ਨੂੰ ਪੜ੍ਹ ਕੇ ਦੇਖਿਓ, ਉਹਨੇ ਤਾਂ ਹਾਲੇ ਕੀਤਾ ਹੀ ਕੱਖ ਨਹੀਂ। ਭਾਈ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬੱਬਰ ਅਕਾਲੀ ਲਹਿਰ, ਤੁਹਾਨੂੰ ਪਤਾ ਉਹਦੇ ਬਾਰੇ ਕਿ ਦੱਸਿਆ ਹੀ ਨਹੀਂ ਜਾਂਦਾ। ਇਹ ਡਿਮਾਂਡ ਸੀ ਕਿ ਤੁਸੀਂ ਉਹਨਾਂ ਸ਼ਹੀਦਾਂ ਦੀਆਂ ਫੋਟੋਆਂ ਨੋਟਾਂ 'ਤੇ ਛਾਪੋ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਦੇਖ ਕੇ ਕੁਝ ਸਿੱਖੇ, ਉਹਨਾਂ ਬਾਰੇ ਪੜ੍ਹੇ, ਉਹਨਾਂ ਬਾਰੇ ਜਾਣੇ ਕਿ ਇਹ ਹੈ ਕੌਣ ਸੀ ਔਰ ਇਹਨਾਂ ਨੇ ਕੀ ਕੀਤਾ। ਪੰਜਵਾਂ ਮਤਾ, ਪੰਜਾਬ ਵਿੱਚ ਪੈਦਾ ਹੋਣ ਵਾਲੀ ਕਣਕ ਅਤੇ ਝੋਨੇ ਦਾ ਮੁੱਲ ਪੰਜਾਬ ਸਰਕਾਰ ਹੀ ਤੈਅ ਕਰੇਗੀ, ਤਾਂ ਜੋ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਦੇ ਭਾਅ 'ਤੇ ਨਾ ਖਰੀਦ ਸਕੇ।
ਪੰਜਾਬ ਵਿੱਚ ਜੋ ਫਸਲ ਹੋ ਰਹੀ ਆ ਉਹਦਾ ਮੁੱਲ ਕੀ ਲਾਉਣਾ, ਮਾਰਕੀਟ ਪ੍ਰਾਈਜ਼ ਉਹਦਾ ਕੀ ਲਾਉਣਾ, ਇਹ ਡਿਸੀਜ਼ਨ ਸਿਰਫ ਪੰਜਾਬ ਸਰਕਾਰ ਦਾ ਹੋਣਾ ਚਾਹੀਦਾ, ਸੈਂਟਰਲ ਗੌਰਮੈਂਟ ਦਾ ਨਹੀਂ। ਉਹੀ ਰੀਜ਼ਨ ਕਿ ਜੇ ਇਹ ਡਿਸੀਜ਼ਨ ਪੰਜਾਬ ਸਰਕਾਰ ਲਊਗੀ, ਪੰਜਾਬ ਸਰਕਾਰ ਦੇ ਹੱਥ 'ਚ ਹੋਊਗਾ, ਤਾਂ ਉਹ ਆਪਣੇ ਲੋਕਾਂ ਬਾਰੇ ਫੈਸਲਾ ਤਾਂ ਲੈ ਸਕੂ ਕਿ ਹਾਂ ਸਾਡੇ ਲੋਕਾਂ ਦਾ 90 ਰੁਪਏ ਖਰਚ ਹੋ ਰਿਹਾ ਤਾਂ ਅਸੀਂ 100 ਜਾਂ 110 ਰੁਪਏ ਦੀ ਵੇਚਣੀ ਹੈ। ਛੇਵਾਂ ਮਤਾ, ਹਿੰਦੂਆਂ ਦੇ ਚਾਰ ਵੱਡੇ ਧਾਮਾਂ ਤੋਂ ਚਾਰ ਵੱਡੇ ਆਕਾਸ਼ਬਾਣੀ ਟਰਾਂਸਮੀਟਰ 24 ਘੰਟੇ ਚੱਲਦੇ ਨੇ। ਸੋ ਇਸੇ ਤਰ੍ਹਾਂ ਸ਼੍ਰੀ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟਰਾਂਸਮੀਟਰ ਲਾਇਆ ਜਾਵੇ ਜਿਸ ਦਾ ਖਰਚਾ ਬਾਹਰਲੇ ਸਿੱਖ ਦੇਣਗੇ। ਹੁਣ ਹਿੰਦੂਆਂ ਦੇ ਚਾਰ ਵੱਡੇ ਧਾਮ, ਚਾਰ ਵੱਡੇ ਮੰਦਰ, ਉੱਥੇ ਉਸ ਟਾਈਮ ਦੇ ਟਰਾਂਸਮੀਟਰ ਹੁੰਦੇ ਸੀ ਜਿਨ੍ਹਾਂ ਦੇ ਥਰੂ ਰੇਡੀਓ ਦੇ ਵਿੱਚ ਟੈਲੀਕਾਸਟ ਜਾਂਦਾ ਸੀ, ਜਿਵੇਂ ਅੱਜ TV ਹੈ, ਠੀਕ ਹੈ। ਅਤੇ ਉਦੋਂ ਇਹ ਡਿਮਾਂਡ ਰੱਖੀ ਗਈ ਸੀ ਸਿੱਖਾਂ ਵੱਲੋਂ ਕਿ ਅਸੀਂ ਚਾਹੁੰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ 'ਚ ਟਰਾਂਸਮੀਟਰ ਲੱਗੇ ਤਾਂ ਕਿ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸਾਰੀ ਦੁਨੀਆ ਦੇ ਵਿੱਚ ਹੋ ਸਕੇ, ਸਾਰੇ ਸਿੱਖ ਸੁਣ ਸਕਣ। ਔਰ ਇਹ ਵੀ ਕਿਹਾ ਕਿ ਇਹਦਾ ਖਰਚਾ ਅਸੀਂ ਸਰਕਾਰ ਨੂੰ ਕਰਨ ਲਈ ਨਹੀਂ ਕਹਿ ਰਹੇ, ਜੋ ਸਿੱਖ ਐਬਰੋਡ ਰਹਿੰਦੇ ਨੇ, ਬਾਹਰਲੇ ਦੇਸ਼ਾਂ 'ਚ ਰਹਿੰਦੇ ਨੇ, ਉਹ ਆਪੇ ਖਰਚਾ ਕਰ ਲੈਣਗੇ। ਪਰ ਗੌਰਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੁੰਦੀ ਸੀ ਇਸ ਚੀਜ਼ ਦੀ। ਟਰਾਂਸਮੀਟਰ ਲਗਵਾਉਣਾ ਬਹੁਤ ਵੱਡੀ ਚੀਜ਼ ਹੁੰਦੀ ਸੀ ਉਸ ਟਾਈਮ, ਅਤੇ ਉਹ ਡਿਮਾਂਡ ਰੱਖੀ ਗਈ ਕਿ ਅਸੀਂ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ 'ਚ ਟਰਾਂਸਮੀਟਰ ਲੱਗੇ ਔਰ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਗੁਰਬਾਣੀ ਸੁਣ ਸਕਣ ਉਹ ਜਦੋਂ ਵੀ ਚਾਹੁਣ। ਇਹ ਸੀ ਛੇਵਾਂ। ਅਤੇ ਸੱਤਵਾਂ ਮਤਾ, 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ 'ਤੇ ਚੜ੍ਹਿਆ, ਉਸਦੀ ਸ਼ਹੀਦੀ ਵਾਲੇ ਦਿਨ ਉਸਦੇ ਇਲਾਕੇ ਵਿੱਚ ਫੰਡ ਦਿੱਤੇ ਜਾਣ। 1947 ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਵਿੱਚ ਸ਼ਹੀਦ ਹੋਏ ਨੇ, ਉਹ ਜਿੰਨੇ ਵੀ ਸ਼ਹੀਦ ਹੋਏ, ਹੁਣ ਮੰਨ ਲਓ ਕਰਤਾਰ ਸਿੰਘ ਸਰਾਭਾ ਸ਼ਹੀਦ ਹੋਏ, ਤਾਂ ਉਹਨਾਂ ਦੀ ਸ਼ਹੀਦੀ ਵਾਲੇ ਦਿਨ, ਉਹਨਾਂ ਦਾ ਜੋ ਸ਼ਹੀਦੀ ਦਿਹਾੜਾ, ਤਾਂ ਉਹ ਕਰਤਾਰ ਸਿੰਘ ਸਰਾਭਾ ਦੇ ਇਲਾਕੇ ਦੇ ਵਿੱਚ ਫੰਡ ਦਿੱਤੇ ਜਾਣ, ਮਤਲਬ ਕਿ ਉਹਨਾਂ ਨੂੰ ਇੱਕ ਪਰਟੀਕੁਲਰ ਅਮਾਊਂਟ ਆਫ ਮਨੀ ਦਿੱਤਾ ਜਾਵੇ ਸਰਕਾਰ ਵੱਲੋਂ, ਇਸ ਵਜੋਂ ਹੀ ਕਿ ਹਾਂ ਜੋ ਮਹਾਨ ਸ਼ਹੀਦ ਹੋਏ ਨੇ ਉਹਨਾਂ ਕਰਕੇ ਦੇਸ਼ ਆਜ਼ਾਦ ਹੋਇਆ। ਇਹਦੇ ਨਾਲ ਕੀ ਹੋਣਾ ਸੀ, ਫੰਡ ਸਰਕਾਰ ਪ੍ਰੋਵਾਈਡ ਕਰਦੀ ਆ, ਪਰ ਜੇ ਤੁਸੀਂ ਸ਼ਹੀਦਾਂ ਦੇ ਪਿੰਡਾਂ ਨੂੰ ਐਵੇਂ ਪ੍ਰੋਵਾਈਡ ਕਰੋਗੇ, ਉਹਦੇ 'ਚ ਤੁਸੀਂ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤਾਂ ਲੋਕਾਂ ਦਾ ਭਲਾ ਹੁੰਦਾ, ਦੂਸਰੀ ਚੀਜ਼ ਲੋਕਾਂ ਦੇ ਮਨਾਂ ਦੇ ਵਿੱਚ ਇਹ ਚੀਜ਼ ਜਾਊਗੀ ਆਪਣੇ ਸ਼ਹੀਦਾਂ ਦੇ ਲਈ, ਉਹ ਰਿਸਪੈਕਟ ਆਊਗੀ ਮਨ ਦੇ ਵਿੱਚ, ਠੀਕ ਆ, ਕਿ ਸਾਡੇ ਲਈ ਸ਼ਹੀਦ ਹੋਏ ਨੇ, ਸਾਡਾ ਭਲਾ ਕਰਕੇ ਗਿਆ। ਤੀਸਰੀ ਚੀਜ਼ ਕਿ ਲੋਕ ਮੋਟੀਵੇਟ ਹੋਣਗੇ, ਲੋਕਾਂ ਨੂੰ ਪਤਾ ਲੱਗੂਗਾ ਕਿ ਸ਼ਹੀਦੀ ਕਿੰਨੀ ਵੱਡੀ ਚੀਜ਼ ਹੈ, ਠੀਕ ਆ। ਅੱਠਵਾਂ, ਸਰਕਾਰੀ ਤੌਰ 'ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ, ਕਿ ਸਰਕਾਰ ਇਹਨਾਂ ਚੀਜ਼ਾਂ ਨੂੰ ਮੇਨ ਲੈ ਕੇ ਚੱਲੇ ਕਿ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰੋ ਜਿਹਦੇ ਨਾਲ ਸ਼ਹੀਦਾਂ ਦੀ ਸ਼ਹੀਦੀ ਦਾ ਮਾਣ ਬਰਕਰਾਰ ਰੱਖਿਆ ਜਾ ਸਕੇ, ਪ੍ਰੋਗਰਾਮ ਕਰਕੇ ਪ੍ਰਚਾਰਕ ਬੁਲਾਓ, ਲੋਕਾਂ ਨੂੰ ਦੱਸੋ ਕਿ ਕੌਣ ਤੁਹਾਡੇ ਇਲਾਕੇ ਦਾ ਬੰਦਾ ਸ਼ਹੀਦ ਹੋਇਆ, ਪੰਜਾਬ ਦਾ ਬੰਦਾ ਸ਼ਹੀਦ ਹੋਇਆ, ਕਿਸ ਵਜ੍ਹਾ ਕਰਕੇ ਸ਼ਹੀਦ ਹੋਇਆ, ਅਤੇ ਉਹਨਾਂ ਨੇ ਤੁਹਾਡੇ ਲਈ ਕੀ ਕੀਤਾ। ਨੌਵੀਂ ਚੀਜ਼, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ। ਇਹ 1947 ਦੇ ਵਿੱਚ ਵਾਅਦਾ ਕੀਤਾ ਹੋਇਆ ਸੀ ਸਾਡੇ ਨਾਲ ਕਿ ਜਿੰਨੇ ਪੰਜਾਬੀ ਬੋਲਦੇ ਇਲਾਕੇ ਨੇ, ਚੰਡੀਗੜ੍ਹ ਹੋ ਗਿਆ, ਉਸ ਟਾਈਮ 'ਤੇ ਹਰਿਆਣਾ ਵਗੈਰਾ ਕੁਛ ਨਹੀਂ ਸੀ ਬਣਿਆ, ਠੀਕ ਆ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਇਹ ਸਾਰਾ ਇੱਕ ਵੱਡਾ ਪੰਜਾਬ ਹੁੰਦਾ ਸੀ ਉਸ ਟਾਈਮ 'ਤੇ। ਮੇਨ ਮੰਗ ਰੱਖੀ ਗਈ ਸੀ ਕਿ ਜਿੰਨੇ ਪੰਜਾਬੀ ਬੋਲਦੇ ਇਲਾਕੇ ਨੇ ਇਹ ਸਾਰਿਆਂ ਨੂੰ ਮਿਲਾ ਕੇ ਇੱਕ ਮੇਜਰ ਪੰਜਾਬ ਸਾਨੂੰ ਆਪਣੀ ਇੱਕ ਸਟੇਟ ਚਾਹੀਦੀ ਆ। ਹਾਂ, ਜਿਹੜਾ ਪਾਕਿਸਤਾਨ ਹੈ ਉਹ ਵੀ ਅੱਧਾ ਪੰਜਾਬ ਤੋਂ ਆਇਆ ਹੈ ਨਾ। ਹਾਂ, ਉਹ ਸਾਰਾ ਮਤਲਬ ਜਿੰਨਾ ਪਾਕਿਸਤਾਨ ਦਾ ਪੰਜਾਬ ਆ, ਪੰਜਾਬ ਤੋਂ ਬਾਹਰ ਵੀ ਉੱਥੇ ਸਿੱਖਾਂ ਦਾ ਹੀ ਰਾਜ ਰਿਹਾ ਹੋਇਆ।
ਦਸਵਾਂ ਮਤਾ ਬੀ ਏ ਜਾਂ ਐੱਮ ਏ ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ ਜਿੰਨਾ ਚਿਰ ਉਸਨੂੰ ਨੌਕਰੀ ਨਹੀਂ ਮਿਲਦੀ ਗੁਜ਼ਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ। ਉਸ ਟਾਈਮ 'ਤੇ ਜੋ ਬੀ ਏ ਐੱਮ ਏ ਕਰਦੇ ਨੇ ਮਤਲਬ ਬਹੁਤ ਵੱਡੀ ਗੱਲ ਆ। ਉਸ ਟਾਈਮ ਲੋਕ ਕਿੰਨਾ ਪੜ੍ਹਦੇ ਹੁੰਦੇ ਸੀ, ਕੋਈ 4 ਪੜ੍ਹਿਆ, ਕੋਈ 5, ਜ਼ਿਆਦਾ ਤੋਂ ਜ਼ਿਆਦਾ ਕੋਈ 10-12 ਪੜ੍ਹ ਲੈਂਦਾ ਸੀ। ਤਾਂ ਇਹ ਮਤਾ ਸੀ ਦਸਵਾਂ ਮਤਾ ਕਿ ਜਿਹਨੇ ਬੀ ਏ ਐੱਮ ਏ ਕਰ ਲਈ ਜਦੋਂ ਤੱਕ ਉਸਨੂੰ ਉਸਦੇ ਲਾਇਕ ਜੋਬ ਨਹੀਂ ਮਿਲਦੀ ਤਾਂ ਸਰਕਾਰ ਉਸਨੂੰ ਇੱਕ ਇਨਕਮ ਦੇਵੇ, ਇੱਕ ਇਨਕਮ ਪ੍ਰੋਵਾਈਡ ਕਰੇ। ਉਹਦੇ ਨਾਲ ਕੀ ਹੋਊਗਾ, ਹੁਣ ਮੰਨ ਲਓ ਕਿ ਮੈਂ ਬੀ ਏ ਐੱਮ ਏ ਕੀਤੀ ਹੋਈ ਆ ਪਰ ਮੈਨੂੰ ਜੋਬ ਨਹੀਂ ਮਿਲੀ, ਠੀਕ ਆ, ਪਰ ਸਰਕਾਰ ਮੈਨੂੰ ਉਸ ਚੀਜ਼ ਦਾ ਪੈਸਾ ਦੇ ਰਹੀ ਹੈ ਕਿ ਇੰਨਾ ਪੜ੍ਹਿਆ ਲਿਖਿਆ ਬੰਦਾ ਕਿ ਚੱਲ ਜਦੋਂ ਤੱਕ ਜੋਬ ਨਹੀਂ ਮਿਲਦੀ ਉਦੋਂ ਤੱਕ ਅਸੀਂ ਤੈਨੂੰ ਪੈਸਾ ਦੇਵਾਂਗੇ, ਇੱਕ ਅਮਾਊਂਟ ਚਾਹੇ ਜਿੰਨਾ ਮਰਜ਼ੀ ਹੋਵੇ। ਦੂਜੇ ਆਸ ਪਾਸ ਜੋ ਬੰਦੇ ਦੇਖਣਗੇ ਉਹਨਾਂ ਦੇ ਅੰਦਰ ਐਕਸਾਈਟਮੈਂਟ ਆਊਗੀ ਨਾ ਕਿ ਯਾਰ ਇਹ ਜੇ ਪੜ੍ਹਿਆ ਲਿਖਿਆ ਤਾਂ ਇਹਨੂੰ ਪੈਸਾ ਮਿਲ ਰਿਹਾ ਸਰਕਾਰ ਤੋਂ। ਇਹਦੇ ਨਾਲ ਕੀ ਹੋਣਾ ਸੀ, ਇੱਕ ਮੋਟੀਵੇਸ਼ਨ ਪੈਦਾ ਹੋਣੀ ਸੀ ਸੋਸਾਇਟੀ 'ਚ, ਕਿਸ ਚੀਜ਼ ਲਈ, ਪੜ੍ਹਾਈ ਲਈ ਮੋਟੀਵੇਸ਼ਨ ਪੈਦਾ ਹੋਣੀ ਸੀ। ਗਿਆਰਵਾਂ ਮਤਾ, ਸਿੱਖ ਗੁਰੂਆਂ ਦੇ ਖਿਲਾਫ ਬੋਲਣ ਵਾਲੇ ਡੇਰਿਆਂ ਨੂੰ ਕਦੇ ਵੀ ਕੇਂਦਰ ਸਰਕਾਰ ਕਿਸੇ ਵੀ ਤਰ੍ਹਾਂ ਦੀ ਆਗਿਆ ਨਾ ਦੇਵੇ। ਇਹੋ ਜਿਹੇ ਡੇਰੇ ਪੰਜਾਬ ਦੇ ਵਿੱਚ ਜਾਣ ਬੁੱਝ ਕੇ ਪੈਦਾ ਕੀਤੇ ਗਏ ਨੇ ਜੋ ਸਿੱਖਾਂ ਦੇ ਖਿਲਾਫ ਕੰਮ ਕਰਨ, ਠੀਕ ਆ। ਹੁਣ ਇਹ ਗਿਆਰਵਾਂ ਮਤਾ ਸੀ ਕਿ ਸਰਕਾਰ ਇਹੋ ਜਿਹੇ ਡੇਰਿਆਂ 'ਤੇ ਰੋਕ ਲਾਵੇ, ਉਹਨਾਂ ਨੂੰ ਤੁਸੀਂ ਕਿਸੇ ਚੀਜ਼ ਦੀ ਪਰਮਿਸ਼ਨ ਨਾ ਦਿਓ। ਇਹ ਕੋਈ ਧਰਮ ਤਾਂ ਨਹੀਂ, ਧਰਮ ਮੇਨ ਕਿਹੜੇ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨ, ਬੋਧੀ, ਇਹ ਧਰਮ ਹੋ ਗਏ। ਹੁਣ ਇਹ ਡੇਰਿਆਂ ਵਾਲਿਆਂ ਦਾ ਕੀ ਧਰਮ ਆ, ਕੁਛ ਨਹੀਂ, ਇਹ ਬਸ ਨੁਕਸਾਨ ਕਰਦੇ ਆ। ਤਾਂ ਇਹ ਮਤਾ ਸੀ ਕਿ ਇਹ ਸਾਡਾ ਸਿੱਖ ਧਰਮ ਦਾ ਨੁਕਸਾਨ ਜਿਹੜੇ ਡੇਰੇ ਕਰ ਰਹੇ ਨੇ ਇਹਨਾਂ ਦੇ ਉੱਪਰ ਰੋਕ ਲਾਈ ਜਾਵੇ ਔਰ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਪ੍ਰੋਗਰਾਮ ਕਰਨ ਦੀ ਪਰਮਿਸ਼ਨ ਨਾ ਦਿੱਤੀ ਜਾਵੇ। ਬਾਰਵਾਂ ਮਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਲਾਉਣ ਅਤੇ ਬੇਅਦਬੀ ਕਰਨ ਵਾਲਿਆਂ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇ ਕਿਉਂਕਿ ਅਸੀਂ ਇਹਨਾਂ ਨੂੰ ਹਾਜ਼ਰ ਨਾਜ਼ਰ 11ਵੇਂ ਗੁਰੂ ਮੰਨਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਸ ਟਾਈਮ ਵੀ ਕਰਵਾਈਆਂ ਜਾਂਦੀਆਂ ਸੀ ਅਤੇ ਸਿੱਖ ਉਸ ਟਾਈਮ 'ਤੇ ਜਦੋਂ ਆਪਣਾ ਹੱਕ ਲੈਂਦੇ ਸੀ, ਬੇਅਦਬੀ ਕਰਨ ਵਾਲਾ ਜੇ ਕੋਈ ਫੜਿਆ ਗਿਆ ਉਹਦਾ ਸੌਦਾ ਲਾ ਦਿੰਦੇ ਸੀ, ਉਸ ਟਾਈਮ 'ਤੇ ਫਿਰ ਉਹਦੇ ਉੱਪਰ ਸਿੱਖ ਦੇ ਉੱਪਰ ਕੇਸ ਕਰ ਦਿੱਤਾ ਜਾਂਦਾ ਸੀ ਕਿ ਇਹਨਾਂ ਨੇ ਕਤਲ ਕਰਤਾ। ਇਸ ਕਰਕੇ ਮਤਾ ਰੱਖਿਆ ਗਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਤੁਸੀਂ ਉਹਦੇ ਉੱਪਰ ਕਤਲ ਦਾ ਕੇਸ ਕਿਉਂ ਨਹੀਂ ਪਾਉਂਦੇ, ਕਿਉਂਕਿ ਅਸੀਂ ਤਾਂ ਕਹਿੰਦੇ ਹਾਂ ਗੁਰੂ ਗ੍ਰੰਥ ਜੀ ਮੰਨਦੇ ਹੋ, ਪ੍ਰਗਟ ਗੁਰਾਂ ਕੀ ਦੇ, ਅਸੀਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਾਂ ਅਤੇ ਕਤਲ ਦਾ ਮੁਕੱਦਮਾ ਚੱਲਣਾ ਚਾਹੀਦਾ। 13ਵਾਂ ਮਤਾ, ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਬਹੁਤੇ ਹਿੰਦੂ ਧਰਮ ਨਾਲ ਸੰਬੰਧਿਤ ਹਨ ਉਹਨਾਂ ਦੀ ਚੁੰਗੀ ਅਤੇ ਟੈਕਸ ਮਾਫ਼ ਕੀਤਾ ਜਾਵੇ। ਹੁਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਵਿੱਚੋਂ ਜ਼ਿਆਦਾਤਰ ਹਿੰਦੂ ਬੰਦੇ ਹੀ ਸੀ, ਹਿੰਦੂ ਦੁਕਾਨਦਾਰ ਹੀ ਸੀ, ਅਤੇ ਇਹ ਮਤਾ ਰੱਖਿਆ ਗਿਆ ਕਿ ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਜ਼ਿਆਦਾਤਰ ਦੁਕਾਨਦਾਰ ਹਿੰਦੂ ਸੀ। ਚਾਹੇ ਉਹ ਕੋਈ ਵੀ ਦੁਕਾਨਦਾਰ ਆ, ਅਗਰ ਉਹ ਗਰੀਬ ਹੈ ਤਾਂ ਉਹਨਾਂ ਦਾ ਹਰ ਤਰੀਕੇ ਦਾ ਟੈਕਸ ਮਾਫ਼ ਕੀਤਾ ਜਾਏ ਕਿ ਅਗਰ ਕੋਈ ਆਪਣੀ ਦੁਕਾਨ ਚਲਾ ਰਿਹਾ ਪਰ ਉਹਦੇ ਕੋਲ ਇੰਨੀ ਇਨਕਮ ਹੈ ਨਹੀਂ ਕਿ ਆਪਣਾ ਖਰਚਾ ਹੀ ਬੜੀ ਮੁਸ਼ਕਿਲ ਨਾਲ ਪੂਰਾ ਹੋ ਰਿਹਾ, ਤਾਂ ਇਹੋ ਜਿਹੇ ਬੰਦੇ ਨੂੰ ਤੁਸੀਂ ਟੈਕਸ ਕਿਉਂ ਲੈ ਰਹੇ ਹੋ, ਉਹਨਾਂ ਦਾ ਟੈਕਸ ਮਾਫ਼ ਕੀਤਾ ਜਾਵੇ। 14ਵਾਂ ਮਤਾ, ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ 'ਤੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ। ਹੁਣ ਇਹ ਪੰਜਾਬ ਨੂੰ ਗਰੋ ਕਰਨ ਦੇ ਤਰੀਕੇ ਨੇ, ਠੀਕ ਆ। ਇਹਦੇ 'ਚ ਕੀ ਸੀ ਕਿ ਪੰਜਾਬ ਤੋਂ ਬਾਹਰਲੇ ਦੇਸ਼, ਜਿੱਥੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀ ਲੋਕ ਰਹਿ ਰਹੇ ਨੇ, ਕਿ ਉਹਨਾਂ ਨੂੰ ਇਸ ਚੀਜ਼ ਲਈ ਮੋਟੀਵੇਟ ਕੀਤਾ ਜਾਵੇ ਕਿ ਤੁਸੀਂ ਆਪਣਾ ਕੁਛ ਪਰਸੈਂਟ, ਜੇ ਤੁਸੀਂ ਦਸਵੰਧ ਵੀ ਕੱਢ ਰਹੇ ਹੋ ਜਾਂ ਤੁਸੀਂ ਜਿੰਨਾ ਪਰਸੈਂਟ ਪੈਸਾ ਵੀ ਤੁਸੀਂ ਦੇ ਸਕਦੇ ਹੋ ਉਹ ਪੰਜਾਬ ਦੀ ਹੈਲਪ ਲਈ ਭੇਜੋ,
ਤਾਂ ਕਿ ਪੰਜਾਬ ਦੇ ਵਿੱਚ ਸੁਧਾਰ ਹੋ ਸਕੇ, ਚੀਜ਼ਾਂ ਵਧੀਆ ਹੋ ਸਕਣ ਪਹਿਲਾਂ ਨਾਲੋਂ, ਅਤੇ ਪਹਿਲ ਦੇ ਆਧਾਰ 'ਤੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ। ਅਤੇ ਇਹੋ ਜਿਹੇ ਬੰਦੇ ਜੋ ਪੰਜਾਬ ਦੇ ਲਈ ਫੰਡ ਭੇਜਣ ਬਾਹਰਲੇ ਦੇਸ਼ਾਂ ਤੋਂ, ਉਹਨਾਂ ਨੂੰ ਅਸੀਂ ਕੋਈ ਸਹੂਲਤ ਦੇ ਸਕੀਏ ਜਾਂ ਕੋਈ ਪ੍ਰੋਟੈਕਸ਼ਨ ਦੇ ਸਕੀਏ ਸਰਕਾਰ ਵੱਲੋਂ। 15ਵਾਂ ਮਤਾ, ਹਥਿਆਰ ਬਣਾਉਣ ਦਾ ਲਾਇਸੈਂਸ ਸੌਖਾ ਕੀਤਾ ਜਾਵੇ। ਪੰਜਾਬ ਵਿੱਚ ਚੰਗੀ ਪੜ੍ਹਾਈ ਵਾਲਿਆਂ ਲਈ ਜ਼ਿਆਦਾ ਵਜ਼ੀਫੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਰੱਖੇ ਜਾਣ। ਪਹਿਲਾ ਪੁਆਇੰਟ 15ਵੇਂ ਮਤੇ ਦਾ, ਹਥਿਆਰ ਬਣਾਉਣ ਦਾ ਲਾਇਸੈਂਸ ਸੌਖਾ ਕੀਤਾ ਜਾਵੇ, ਇਹਦਾ ਕਾਰਨ ਕੀ ਸੀ? ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰ ਸਿੱਖ ਨੇ ਹਥਿਆਰ ਰੱਖਣੇ ਆ, ਸ਼ਸਤਰਧਾਰੀ ਹੋਣਾ, ਠੀਕ ਆ। ਅਤੇ ਇਹਨਾਂ ਨੇ ਕੀ ਕਿਹਾ ਹੋਇਆ, ਇਹ ਅੰਗਰੇਜ਼ ਗੌਰਮੈਂਟ ਤੋਂ ਹੀ ਗੱਲ ਚੱਲੀ ਆ, ਉਸ ਤੋਂ ਪਹਿਲਾਂ ਨਹੀਂ ਹੁੰਦਾ ਸੀ ਕਿ ਜੀ ਲਾਇਸੈਂਸ ਆਈ ਇਹ ਵੋ। ਜਦੋਂ ਤੋਂ ਅੰਗਰੇਜ਼ ਆਏ ਇੰਡੀਆ ਦੇ ਵਿੱਚ, ਉਹਨਾਂ ਨੇ ਇੱਕ ਚੀਜ਼ ਕਰਤੀ ਕਿ ਜਿਹਦੇ ਕੋਲ ਹਥਿਆਰ ਆ ਉਹਦਾ ਲਾਇਸੈਂਸ ਬਣੂਗਾ। ਇਹਦਾ ਮਤਲਬ ਕੀ ਸੀ ਕਿ ਜਿਸ ਬੰਦੇ ਦਾ ਲਾਇਸੈਂਸ ਬਣ ਗਿਆ ਉਹ ਸਰਕਾਰ ਦੀ ਨਿਗਾਹ 'ਚ ਹੈ, ਉਹ ਸਰਕਾਰ ਦੀ ਨਜ਼ਰ ਵਿੱਚ ਹੈ, ਸਰਕਾਰ ਨੂੰ ਪਤਾ ਹੁੰਦਾ ਸੀ ਕਿ ਕਿਹੜੇ ਬੰਦੇ ਕੋਲ ਕੀ ਹਥਿਆਰ ਹੈ, ਠੀਕ ਹੈ। ਅਤੇ ਉਹਨਾਂ ਨੇ ਕੁਛ ਵੀ ਉਲਟਾ ਸਿੱਧਾ ਕਰਨਾ ਹੁੰਦਾ ਜਾਂ ਕੁਛ ਵੀ ਇਲੈਕਸ਼ਨ ਹੋ ਰਹੇ ਆ ਜਾਂ ਕਦੇ ਦੰਗੇ ਛਿੜ ਗਏ ਤਾਂ ਪਹਿਲਾਂ ਹਥਿਆਰ ਜ਼ਬਤ ਕਰ ਲੈਂਦੇ ਨੇ, ਕਿਉਂਕਿ ਸਰਕਾਰ ਨੂੰ ਪਤਾ ਅਤੇ ਪੁਲਿਸ ਨੂੰ ਆਰਡਰ ਹੋ ਜਾਂਦੇ ਆ ਕਿ ਜਿੰਨਿਆਂ ਬੰਦਿਆਂ ਦੇ ਤੁਹਾਡੇ ਇਲਾਕੇ ਵਿੱਚ ਲਾਇਸੈਂਸ ਬਣੇ ਹੋਏ ਨੇ ਉਹਨਾਂ ਦੇ ਹਥਿਆਰ ਜ਼ਬਤ ਕਰ ਲਓ। ਉਹ ਆ ਕੇ ਹਥਿਆਰ ਜ਼ਬਤ ਕਰ ਲੈਂਦੇ ਸੀ। ਇਸ ਕਰਕੇ 15ਵਾਂ ਮਤਾ ਰੱਖਿਆ ਗਿਆ ਕਿ ਹਥਿਆਰ ਬਣਾਉਣ ਦਾ ਲਾਇਸੈਂਸ ਸੌਖਾ ਕੀਤਾ ਜਾਵੇ। ਈਜ਼ੀਲੀ ਅਸੀਂ ਜੇ ਤੁਸੀਂ ਲਾਇਸੈਂਸ ਵਾਲਾ ਕਾਨੂੰਨ ਰੱਖਣਾ ਹੀ ਆ ਤਾਂ ਉਹਨੂੰ ਆਸਾਨ ਤਾਂ ਕਰੋ ਕਿ ਅਸੀਂ ਈਜ਼ੀਲੀ ਲਾਇਸੈਂਸ ਬਣਵਾ ਸਕੀਏ। ਠੀਕ ਹੈ, ਸਰਕਾਰ ਦੀ ਨਜ਼ਰ 'ਚ ਰਹੂਗਾ ਕਿ ਕਿਹੜੇ ਕਿਹੜੇ ਬੰਦੇ ਕੋਲ ਹਥਿਆਰ ਆ, ਪਰ ਸਾਨੂੰ ਘੱਟ ਤੋਂ ਘੱਟ ਲਾਇਸੈਂਸ ਤਾਂ ਮਿਲ ਸਕੇ। 15ਵੇਂ ਮਤੇ ਦਾ ਦੂਸਰਾ ਪੁਆਇੰਟ ਕਿ ਪੰਜਾਬ ਵਿੱਚ ਚੰਗੀ ਪੜ੍ਹਾਈ ਵਾਲਿਆਂ ਲਈ ਜ਼ਿਆਦਾ ਵਜ਼ੀਫੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਰੱਖੇ ਜਾਣ। ਹੁਣ ਜੋ ਪੰਜਾਬ ਦੇ ਵਿੱਚ ਚੰਗੀ ਪੜ੍ਹਾਈ ਕਰਦੇ ਨੇ, ਮਤਲਬ ਜਿਨ੍ਹਾਂ ਦੇ ਮਾਰਕਸ ਵਧੀਆ ਆਏ, ਉਹਨਾਂ ਨੂੰ ਤੁਸੀਂ ਵਜ਼ੀਫੇ ਦਿਓ। ਵਜ਼ੀਫੇ ਕੀ ਹੁੰਦਾ? ਸਕਾਲਰਸ਼ਿਪ, ਕਿ ਜੋ ਪੜ੍ਹਾਈ ਵਧੀਆ ਕਰ ਰਹੇ ਆ ਉਹਨਾਂ ਨੂੰ ਤੁਸੀਂ ਸਕਾਲਰਸ਼ਿਪਸ ਦਿਓ, ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਰੱਖੇ ਜਾਣ। ਜੋ ਪਲੇਅਰਸ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਵੱਡੇ ਵੱਡੇ ਇਨਾਮ ਰੱਖੋ। ਕੋਈ ਵੀ ਗੇਮ ਆ, ਆ ਕ੍ਰਿਕਟ ਵਗੈਰਾ ਤਾਂ ਹੁਣ ਚੱਲਣ ਲੱਗ ਗਈ, ਉਸ ਟਾਈਮ 'ਤੇ ਚੱਲਦੇ ਸੀ ਕਬੱਡੀ ਚੱਲਦੀ ਸੀ, ਗੱਤਕਾ ਚੱਲਦਾ ਸੀ, ਹਾਕੀ ਚੱਲਦੀ ਸੀ, ਇਹੋ ਜਿਹੀਆਂ ਗੇਮਸ ਚੱਲਦੀਆਂ ਸੀ ਜਿਨ੍ਹਾਂ 'ਚ ਬੋਡੀ ਦਾ ਜ਼ੋਰ ਲੱਗਦਾ, ਰੈਸਲਿੰਗ ਚੱਲਦੀ ਸੀ। ਕਿ ਗੇਮਸ ਨੂੰ ਪ੍ਰਮੋਟ ਕਰਨ ਲਈ ਤੁਸੀਂ ਵੱਡੇ ਇਨਾਮ ਰੱਖੋ, ਔਰ ਜੋ ਪੜ੍ਹਾਈ ਵਧੀਆ ਕਰ ਰਹੇ ਨੇ ਉਹਨਾਂ ਨੂੰ ਸਕਾਲਰਸ਼ਿਪਸ ਦਿਓ ਤਾਂ ਕਿ ਉਹ ਹੋਰ ਅੱਗੇ ਵੱਧ ਸਕਣ। 16ਵਾਂ ਮਤਾ, ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ। ਹੁਣ ਅਫੀਮ ਅਤੇ ਡੋਡੇ ਇਹ ਨਸ਼ੇ ਨੇ। ਉਸ ਟਾਈਮ 'ਤੇ ਸਿੱਖਾਂ ਦੀ ਅਤੇ ਸੰਤਾਂ ਦੀ ਡਿਮਾਂਡ ਕੀ ਸੀ? ਉਹ ਇਹ ਸੀ ਕਿ ਜੋ ਵੀ ਪੰਜਾਬ ਦੇ ਵਿੱਚ ਨਸ਼ਾ ਕਰ ਰਿਹਾ, ਅਫੀਮ ਡੋਡੇ ਜਾਂ ਸ਼ਰਾਬ ਕੁਛ ਵੀ ਚੱਲ ਰਿਹਾ, ਤੁਸੀਂ ਉਹਨਾਂ ਦੇ ਲਾਇਸੈਂਸ ਬਣਾਓ। ਉਹਦੇ ਨਾਲ ਕੀ ਹੋਣਾ ਸੀ? ਹੁਣ ਮੰਨ ਲਓ ਸਾਡੇ ਏਰੀਏ ਦੇ ਵਿੱਚ 10 ਬੰਦੇ ਨੇ, 10 ਦੇ ਵਿੱਚੋਂ 2 ਬੰਦੇ ਨਸ਼ਾ ਕਰਦੇ, ਠੀਕ ਆ। ਜੇ ਉਹਨਾਂ ਦਾ ਲਾਇਸੈਂਸ ਬਣਿਆ ਹੋਊਗਾ ਤਾਂ ਉਸ ਲਾਇਸੈਂਸ ਦੇ ਬੇਸਿਸ 'ਤੇ ਹੀ ਉਹਨਾਂ ਨੂੰ ਨਸ਼ਾ ਪ੍ਰੋਵਾਈਡ ਹੋਣਾ ਠੇਕੇ ਤੋਂ, ਸਮਝ ਆ ਗਈ? ਜੇ ਉਹ ਠੇਕੇ 'ਤੇ ਜਾ ਕੇ ਆਪਣਾ ਲਾਇਸੈਂਸ ਦਿਖਾਉਣਗੇ ਤਾਂ ਉਹਨਾਂ ਨੂੰ ਨਸ਼ਾ ਮਿਲੂਗਾ। ਇਹਦੇ ਨਾਲ ਕੀ ਹੋਣਾ ਸੀ ਕਿ ਜਿੰਨੇ ਵੀ ਨਸ਼ਾ ਕਰਨ ਵਾਲੇ ਬੰਦੇ ਸੀ ਉਹ ਸਾਰੇ ਸਰਕਾਰ ਦੀ ਨਜ਼ਰ ਹੇਠ ਰਹਿੰਦੇ, ਉਹਨਾਂ ਨੂੰ ਪਤਾ ਹੁੰਦਾ ਕਿ ਕੁੱਲ ਮਿਲਾ ਕੇ ਕਿੰਨੇ ਨਸ਼ੇੜੀ ਬੰਦੇ ਹੈ ਸਾਡੇ ਏਰੀਏ ਦੇ ਵਿੱਚ। ਜੇ ਕੋਈ ਨਵਾਂ ਬੰਦਾ ਨਸ਼ਾ ਕਰਦਾ, ਨਸ਼ਾ ਕਰਨਾ ਸ਼ੁਰੂ ਕਰਦਾ, ਤਾਂ ਉਹਦੇ ਲਈ ਉਹਨੂੰ ਲਾਇਸੈਂਸ ਬਣਵਾਉਣਾ ਪੈਣਾ ਸੀ, ਤਾਂ ਹੀ ਠੇਕੇ ਤੋਂ ਨਸ਼ਾ ਮਿਲੂਗਾ, ਚਾਹੇ ਅਫੀਮ ਚਾਹੇ ਡੋਡੇ ਚਾਹੇ ਸ਼ਰਾਬ ਕੁਛ ਵੀ ਹੈ, ਬਿਨਾਂ ਲਾਇਸੈਂਸ ਤੋਂ ਮਿਲਣਾ ਨਹੀਂ ਸੀ। ਅਤੇ ਉਹ ਬੰਦਾ ਲਾਇਸੈਂਸ ਬਣਵਾਉਂਦਾ ਅਤੇ ਫਿਰ ਉਹ ਪਤਾ ਲੱਗ ਜਾਂਦਾ ਸੋਸਾਇਟੀ ਨੂੰ ਵੀ ਅਤੇ ਸਰਕਾਰ ਨੂੰ ਵੀ ਕਿ ਇੱਕ ਨਸ਼ੇੜੀ ਹੋਰ ਵੱਧ ਗਿਆ। ਇਹਦੇ ਨਾਲ ਅਸੀਂ ਐਫਰਟਸ ਪਾ ਸਕਦੇ ਸੀ ਕਿ ਨਸ਼ਾ ਜੋ ਵੱਧ ਰਿਹਾ ਉਹਨੂੰ ਰੋਕਿਆ ਜਾਵੇ।
ਠੀਕ ਹੈ। ਹਾਂ ਜੀ, ਜੈਸੇ ਲਾਇਸੈਂਸ ਹੈ ਉਸਮੇ ਇੱਕ ਲਿਮਿਟ ਸੈੱਟ ਹੋਤੀ ਜੀ, ਲਿਮਿਟ ਸੈੱਟ ਬਹੁਤ ਕੁਛ ਕੀਤਾ ਜਾ ਸਕਦਾ ਸੀ, ਲਿਮਿਟ ਵੀ ਸੈੱਟ ਹੋ ਸਕਦੀ ਸੀ ਕਿ ਜੇ ਤੁਸੀਂ ਨਸ਼ਾ ਕਰ ਰਹੇ ਹੋ ਤੁਹਾਡੇ ਸਰੀਰ ਨੂੰ ਨਸ਼ਾ ਲੱਗਿਆ ਹੋਇਆ ਤਾਂ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਸਿਰਫ ਇੰਨਾ ਨਸ਼ਾ ਦਿੱਤਾ ਜਾਊਗਾ, ਠੀਕ ਆ, ਉਹ ਚੀਜ਼ ਵੀ ਹੋ ਸਕਦੀ ਸੀ। ਔਰ ਇਹ ਚੀਜ਼ ਵੀ ਇਹਦੇ ਨਾਲ ਫਾਇਦਾ ਸੀ ਕਿ ਸਾਡੀ ਨਜ਼ਰ ਦੇ ਵਿੱਚ ਹਮੇਸ਼ਾ ਰਹਿੰਦਾ ਕਿ ਕੌਣ ਕੌਣ ਬੰਦਾ ਨਸ਼ਾ ਕਰਦਾ, ਠੀਕ ਆ, ਉਹ ਨਜ਼ਰ 'ਚ ਰਹਿਣ ਨਾਲ ਕੀ ਹੋਏਗਾ, ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ ਉਹਨਾਂ ਤੋਂ। ਹੁਣ ਅੱਜ ਦੀ ਡੇਟ 'ਚ ਬੱਚਾ ਕਿਹਦੇ ਨਾਲ ਮਿਲ ਰਿਹਾ ਕਿਹਦੇ ਨਾਲ ਨਹੀਂ, ਕਿਸੇ ਨੂੰ ਨਹੀਂ ਪਤਾ ਕਿ ਸਾਹਮਣੇ ਵਾਲਾ ਬੰਦਾ ਨਸ਼ਾ ਕਰਦਾ ਨਹੀਂ ਕਰਦਾ, ਐਵੇਂ ਗਲਤ ਸੰਗਤ 'ਚ ਬੰਦੇ ਜਾ ਕੇ ਹੋਰ ਜ਼ਿਆਦਾ ਖਰਾਬ ਹੋ ਰਹੇ ਨੇ। ਜੇ ਨਸ਼ੇੜੀ ਬੰਦਿਆਂ ਦੇ ਲਾਇਸੈਂਸ ਬਣਾਏ ਜਾਂਦੇ ਤਾਂ ਇਸ ਲੈਵਲ ਤੱਕ ਕਦੇ ਗੱਲ ਆਉਣੀ ਹੀ ਨਹੀਂ ਸੀ ਕਿ ਇੰਨਾ ਜ਼ਿਆਦਾ ਨਸ਼ਾ ਸੁਸਾਇਟੀ ਦੇ ਵਿੱਚ ਫੈਲ ਸਕੇ। ਇਹ ਹਾਲੇ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਨਾ, ਪੰਜਾਬ ਤੋਂ ਕਿਤੇ ਜ਼ਿਆਦਾ ਨਸ਼ਾ ਦੂਜੀ ਸਟੇਟਸ ਦੇ ਵਿੱਚ ਆ, ਦਿੱਲੀ ਹਰਿਆਣਾ ਯੂਪੀ ਬਿਲਕੁਲ ਬੇੜਾ ਗਰਕ ਹੋਇਆ ਪਿਆ ਇਹਨਾਂ 'ਚ, ਪਰ ਇਹਨਾਂ ਦਾ ਨਾਮ ਨਹੀਂ ਲੈਂਦਾ ਕਿ ਪੰਜਾਬ ਨੂੰ ਬਦਨਾਮ ਕਰ ਦਿੰਦੇ। 17ਵਾਂ ਮਤਾ, ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ। ਹੁਣ ਇਹਦਾ ਮਤਲਬ ਕੀ ਸੀ ਕਿ ਪੁਲਿਸ ਨੂੰ ਤੁਸੀਂ ਇੰਨੀ ਜ਼ਿਆਦਾ ਪਾਵਰਸ ਦਿੱਤੀਆਂ ਹੋਈਆਂ ਨੇ, ਉਹ ਕਿਸੇ ਨੂੰ ਵੀ ਚੱਕ ਕੇ ਇੰਟੈਰੋਗੇਟ ਕਰਦੇ ਆ, ਮਾਰਦੇ ਨੇ ਜਾਂ ਉਹਦੇ 'ਤੇ ਝੂਠਾ ਕੇਸ ਪਾ ਦਿੰਦੇ ਨੇ, ਉਹ ਬੰਦੇ ਦੀ ਲਾਈਫ ਖਰਾਬ ਹੋ ਜਾਂਦੀ ਹੈ, ਠੀਕ ਆ। ਅਤੇ ਇਹ ਸੀ ਕਿ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਠੀਕ ਆ, ਪੁਲਿਸ ਹੈ ਸੁਸਾਇਟੀ ਦੀ ਪ੍ਰੋਟੈਕਸ਼ਨ ਲਈ, ਪਰ ਉਹਨਾਂ ਦੀ ਤਾਕਤ ਘੱਟ ਕਰਕੇ ਐਵੇਂ ਬਣਾਓ ਕਿ ਉਹ ਨਾਜਾਇਜ਼ ਕਿਸੇ ਨੂੰ ਪਰੇਸ਼ਾਨ ਨਾ ਕਰ ਸਕਣ, ਕਿਸੇ ਦੇ ਉੱਪਰ ਗਲਤ ਕੇਸ ਨਾ ਪਾ ਸਕਣ, ਠੀਕ ਆ। 18ਵਾਂ ਮਤਾ ਸੀ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੋਂ ਪਹਿਲਾਂ ਥਾਣਿਆਂ ਵਿੱਚ ਨਹੀਂ ਰੱਖਿਆ ਜਾ ਸਕਦਾ। ਜਦੋਂ ਤੱਕ ਕਿਸੇ ਔਰਤ ਦੇ ਉੱਪਰ ਕੋਈ ਦੋਸ਼ ਕੋਈ ਪ੍ਰੂਵ ਨਹੀਂ ਹੋ ਜਾਂਦਾ, ਕੋਈ ਇਲਜ਼ਾਮ ਉਹਦੇ ਉੱਪਰ ਪ੍ਰੂਵ ਨਹੀਂ ਹੋ ਜਾਂਦਾ ਕਿ ਇਹਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਗਲਤ ਕੰਮ ਕੀਤਾ, ਤੁਸੀਂ ਉਹਨੂੰ ਥਾਣੇ ਦੇ ਵਿੱਚ ਨਹੀਂ ਲੈ ਕੇ ਜਾ ਸਕਦੇ। ਇਹ ਮਤਾ ਪਾਉਣ ਦਾ ਰੀਜ਼ਨ ਕੀ ਸੀ ਕਿ ਉਸ ਟਾਈਮ 'ਤੇ ਇਹ ਸਭ ਹੁੰਦਾ ਸੀ ਨੋਰਮਲੀ, ਕਿ ਜਿਵੇਂ ਇਸ ਤੋਂ ਪਹਿਲਾ ਪੁਆਇੰਟ ਹੈ ਨਾ 17ਵਾਂ ਮਤਾ ਕਿ ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਕਿਉਂ ਨਜਾਇਜ਼ ਐਵੇਂ ਹੀ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ ਕਿ ਤੂੰ ਉਹ ਗਲਤ ਕੰਮ ਕੀਤਾ ਜੀ, ਔਰਤ ਨੂੰ ਚੱਕ ਕੇ ਥਾਣੇ ਦੇ ਵਿੱਚ ਲੈ ਗਏ ਅਤੇ ਉੱਥੇ ਔਰਤ ਦੇ ਨਾਲ ਬਦਤਮੀਜ਼ੀ ਕਰਦੇ ਸੀ, ਕਦੇ ਰੇਪ ਹੋ ਗਿਆ ਜਾਂ ਹੋਰ ਬਦਤਮੀਜ਼ੀ ਹੋ ਗਿਆ, ਇਹ ਸਭ ਚੀਜ਼ਾਂ ਹੁੰਦੀਆਂ ਸੀ। ਇਸ ਕਰਕੇ ਇਹ 18ਵਾਂ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਦੋਸ਼ ਪ੍ਰੂਵ ਨਹੀਂ ਹੋ ਜਾਂਦਾ ਕਿਸੇ ਔਰਤ ਦੇ ਉੱਪਰ, ਉਹਨੂੰ ਥਾਣੇ ਦੇ ਵਿੱਚ ਨਾ ਰੱਖਿਆ ਜਾਵੇ, ਠੀਕ ਆ। ਇਹ ਸੀ ਅਨੰਦਪੁਰ ਸਾਹਿਬ ਦੇ 18 ਮਤੇ। ਹੁਣ ਇਹਦੇ ਵਿੱਚੋਂ ਸਾਨੂੰ ਤਾਂ ਇਹੋ ਜਿਹੀ ਕੋਈ ਡਿਮਾਂਡ ਲੱਗਦੀ ਨਹੀਂ ਜਿਹੜੀ ਗਲਤ ਹੋਵੇ, ਪਰ ਉਹ ਜਾਣ ਬੁੱਝ ਕੇ ਨਹੀਂ ਮੰਨੀਆਂ ਗਈਆਂ। ਜੇ ਕਿਤੇ ਇਹ 18 ਮਤੇ 18 ਮੰਗਾਂ ਮੰਨੀਆਂ ਜਾਂਦੀਆਂ ਤਾਂ ਪੰਜਾਬ ਵਿੱਚ ਰਹਿਣ ਵਾਲੇ ਹਰ ਇਨਸਾਨ ਦਾ ਭਲਾ ਹੋਣਾ ਸੀ, ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ, ਚਾਹੇ ਈਸਾਈ। ਗੱਲ ਕੀ ਸੀ ਕਿ ਪੰਜਾਬ ਨੂੰ ਇਕਨੋਮਿਕਲੀ ਉੱਪਰ ਚੱਕਣ ਦੇ ਲਈ ਇਹ ਮਤੇ ਪਾਸ ਕੀਤੇ ਗਏ ਸੀ ਕਿ ਸਾਡੇ ਪਾਣੀ ਨੇ ਪਹਿਲਾਂ ਪੰਜਾਬ ਵਾਸੀਆਂ ਦਾ ਹੱਕ ਆ, ਉਹਦੇ 'ਤੇ ਸਾਨੂੰ ਵਰਤ ਲੈਣ ਦਿਉ, ਉਸ ਤੋਂ ਬਾਅਦ ਅਸੀਂ ਵੇਚਾਂਗੇ, ਅਸੀਂ ਫ੍ਰੀ ਕਿਉਂ ਦਈਏ। ਜਦੋਂ ਅਸੀਂ ਦੂਸਰੀ ਸਟੇਟਸ ਤੋਂ ਬਿਜਲੀ ਲੈਂਦੇ ਹਾਂ, ਉਹ ਬਿਜਲੀ ਫ੍ਰੀ ਦਿੰਦੀਆਂ ਨੇ ਤੁਹਾਨੂੰ, ਬਿਜਲੀ ਵੇਚਦੀਆਂ ਨੇ। ਤੁਸੀਂ ਦੂਸਰੀ ਸਟੇਟਸ ਤੋਂ ਕੋਟਨ ਲੈਂਦੇ ਹੋ, ਤੁਸੀਂ ਕੋਇਲਾ ਲੈਂਦੇ ਹੋ, ਕੋਈ ਫ੍ਰੀ ਦਿੰਦਾ, ਕੋਈ ਲੱਕੜੀ ਲੈਂਦੇ ਹੋ ਫ੍ਰੀ ਦਿੰਦਾ, ਕੋਈ ਉਹ ਆਪਣੇ ਜੇ ਉਹਨਾਂ ਦੇ ਨੈਚੁਰਲ ਸੋਰਸਿਸ ਤੋਂ ਆਉਂਦਾ ਨਾ, ਪਰ ਉਹ ਵੇਚਦੇ ਨੇ ਤੁਹਾਨੂੰ। ਇਹ ਸਾਡਾ ਪੰਜਾਬ ਦਾ ਜੇ ਨੈਚੁਰਲ ਸੋਰਸ ਹੈ ਪਾਣੀਆਂ ਦਾ, ਤਾਂ ਅਸੀਂ ਫ੍ਰੀ ਕਿਉਂ ਦਈਏ? ਉਹ ਵੀ ਪਹਿਲਾਂ ਅਸੀਂ ਵਰਤੀਏ ਨਾ ਉਹਨੂੰ, ਸਾਡੀ ਆਪਣੀ ਜ਼ਰੂਰਤ ਤਾਂ ਪੂਰੀ ਹੋ ਨਹੀਂ ਰਹੀ। ਅਸੀਂ ਧਰਤੀ ਦੇ ਥੱਲਿਓਂ ਪਾਣੀ ਲੈ ਰਹੇ ਹਾਂ, ਧਰਤੀ ਦੇ ਥੱਲੇ ਵਾਲਾ ਪਾਣੀ ਖਤਮ ਹੋ ਗਿਆ ਤਾਂ ਸਾਰੀ ਜ਼ਮੀਨ ਬੇਕਾਰ, ਉੱਥੇ ਰੇਗਿਸਤਾਨ ਬਣ ਜਾਣਾ ਕੁਝ ਸਾਲਾਂ ਦੇ ਵਿੱਚ, ਉੱਥੇ ਕੋਈ ਰਹਿ ਨਹੀਂ ਸਕਦਾ ਫਿਰ।